ਅਏ ਮਾਲਕ ਸੈਂ ਦੇ ਵੇੜੇ ਦਾ ਸੁਣ ਮੋਮਨ ਦੀ ਫਰਿਆਦ ਸ਼ਲ ਉਜੜੇ ਵੇੜੇ ਵਸ ਪਾਵਨ ਵਾਈ ਜਗ ਵਿੱਚ ਆਉਣ ਦੀ ਜਿਹੜਾ ਕਥਾ ਦੇ ਵਿੱਚ ਰਿਹਾ ਰਤ ਰੋਂਦਾ ਕਰਮਾਂ ਦਾ ਬੁਰਕਾ ਯਾਦ ਉਹ ਖੁਸ਼ ਥੀ ਵੇ ਰੋਏ ਮੇਰੇ ਪੀਰ ਦਾ ਪੁੱਤਰ ਸਜਾ ਅੱਲਾਹੁਮਾ ਸਲਿ ਅਲਾ ਮੁਹੰਮਦ ਮਾਲ ਮੁਹੰਮਦ ਵਾਜਲਾ ਫਰਜਾ ਆਲ ਮੁਹੰਮਦ ਕਰਬਲ ਦੀ ਗਰਮ ਜ਼ਮੀਨ ਉਤੇ ਜਿਹੜਾ ਬੰਦਾ ਨੁਸਰਤ ਸ਼ਾਹ ਜੀ ਬਾਬਾ ਜੀ ਘਰੋਂ ਟੁਰ ਆਉਂਦਾ ਹੈ ਹੀ ਨੀਅਤ ਟੁਰ ਕੇ ਆਉਂਦੇ ਉਹ ਕੁਵਾਨ ਕੇ ਮਕਾਨ ਲਊਂ ਜਿਹਦਾ ਇੱਕ ਦਿਨ ਚ ਨੌ ਕੁੱਠੇ ਰੋਣ ਕਹੀ ਨੇ ਦਿੱਤਾ ਬਿਸਮਿਲਾ ਕਰਾਂ ਅੱਜ ਸਾਹਿਬ ਮੌਲਾ ਜ਼ਿੰਦਗੀ ਦਰਾਜ਼ ਕਰਨੇ ਪੁੱਤਰਾਂ ਦੇ ਬਖਤ ਇਕਬਾਲ ਬੁਲਾਉਂਦੋ ਮੈਨੂੰ ਕੌਣ ਪੁੱਤਰਾਂ ਤੇ ਬਿਰਾਵਾਂ ਦੀਆਂ ਲਾਸ਼ਾਂ ਚਾਹ ਚਾਹ ਕੇ ਥੱਕਾ ਹੋਇਆ ਕਈ ਪਹਾੜਾਂ ਦਾ ਤੱਸਾ ਹੁਸੈਨ ਕਰਬਲ ਦੇ ਗਰਮ ਜ਼ਮੀਨ ਉਤੇ ਲੱਥੇ ਅਸਗਰ ਕੋ ਦਫਨਾ ਕੇ ਰੋਂਦੇ ਕਿਉਂ ਦੇ ਬਹੁ ਔਖਾ ਆਇਆ ਆਇਓ ਭੇਣ ਦੇ ਖੇਮੇ ਸ਼ਾਹ ਬਦਨ ਦੇ ਜ਼ਖਮ ਲੁਕਾ ਜੀ ਬਿਸਮਿਲਾ ਕਰਾਂ ਬਿਸਮਿਲਾ ਕਰਾਂ ਕਰਬਲ ਦੀ ਕਰਬਲ ਦੇ ਗਰਾਮ ਜ਼ਮੀਨ ਉਤੇ ਤੇ ਲੱਥੇ ਅਸਗਰ ਕੋ ਦਫਨਾ ਕੇ ਰੋਂਦੇ ਕਿਉਂ ਦੇ ਬਹੁ ਔਖਾ ਆਇਆ ਆਇਓ ਭੇੜ ਦੇ ਖੇਮੇ ਸ਼ਾਹ ਬਦਨ ਦੇ ਜ਼ਖਮ ਬਿਸਮਿਲਾ ਕਰਾਂ ਬਹੁ ਔਖਾ ਆਇਆ ਆਇਓ ਭੇੜ ਦੇ ਖੇਮੇ ਸ਼ਾਹ ਬਦਨ ਦੇ ਜ਼ਖਮ ਤੇਰਾ ਜੁਰੁ ਨਹੀਂ ਭੇੜ ਦੀ ਚਾਦਰ ਕੋ ਉਹ ਗੱਲ ਪੁੱਤਰ ਸਜਾਦ ਭੁਲਾ ਕੇ ਆਦ ਅੱਖ ਖੋਲ ਸਜਾਦ ਮੈਂ ਥੱਕ ਪਿਆ ਪੁੱਤਰਾਂ ਦੀਆਂ ਲਾਸ਼ਾਂ ਚਾ ਜੀ ਜੀ ਬਿਸਮਿਲਾ ਕਰਾਂ ਜੀ ਬਿਸਮਿਲਾ ਕਰਾਂ ਨੀਆਂ ਬਦੋਲੀਆਂ ਰਾਜਿਓ ਨੇ ਅੱਲਾ ਦੀ ਕਾਇਨਾਤ ਚਾਚਾ ਸਹੀ ਕੋਈ ਉਹ ਜੀਆਂ ਗਰੀਬ ਪਿਓ ਦਿਖਾ ਜਾਏ ਆਪਣੇ ਹੱਥਾਂ ਦੇ ਨਾਲ ਛੀਆਂ ਮਹੀਨਾ ਦੇ ਪੁੱਤਰ ਦਾ ਜਨਾਜ਼ਾ ਚਾਤਾ ਹੋਵੇ ਇੱਕ ਆਏ ਠਿਦਰੀਆ ਦਾ ਮੁਹਰਮਾ ਜੁੰਮੇ ਦਰੀਆ ਦੀਗਰ ਦਾ ਟਾਈਮਾ ਨੌ ਲੱਖ ਮਾਰਨ ਲਈ ਇੱਕੋ ਮਰੀ ਜਣਾ ਲਾਈ ਪੁੱਤਰਾਂ ਭਰਾਵਾਂ ਦੀਆਂ ਲਾਸ਼ਾਂ ਚਾ ਚਾ ਕੇ ਥੱਕਾ ਹੋਇਆ ਛੀਆਂ ਮਹੀਨਾ ਦੇ ਕੁੱਠੇ ਪੁੱਤਰ ਕੁਚਾ ਕੇ ਸੁੱਚੇ ਦਾ ਬੈਠੇ ਨਾ ਛੀਆਂ ਮਹੀਨਾ ਦੇ ਕੁੱਠ ਪੁੱਤਰ ਗੁਚਾ ਕੇ ਸ਼ਬੀਰ ਚਾਚਾ ਸਹੀ ਖਿਆਮ ਦੇ ਓਲਿਆ ਬੈਠਾ ਹਸਰਤ ਕਿਹੜੀ ਭੇੜੀ ਨਾ ਦੇਖੇ ਜੋ ਪੋਤਰੀ ਦਫਨ ਕਰ ਗਿਨਾ ਰੋਂਦੇ ਕਿਉਂ ਦੇ ਗਾਲੀਆ ਵਧੇ ਰੋਂਦੇ ਕਦੇ ਨਾ ਰੋਆ ਛੀਆ ਕੋ ਮਿੱਟੀਆਂ ਤੇ ਬਹਿ ਕੇ ਗਾਲ ਕੋ ਵਧੇ ਰੋਂਦੀ ਉਹ ਖਿਆਮ ਦੇ ਓਲੇ ਪਿਉ ਅਸਗਰ ਦਾ ਉਹ ਕਿਤੇ ਬੈਠੇ ਜੀ ਬਿਸਮਿਲਾ ਕਰਾ ਜੀ ਬਿਸਮਿਲਾ ਕਰਾ ਉਹ ਖਿਆਮ ਦੇ ਓਲੇ ਪਿਉ ਅਸਗਰ ਦਾ ਉਹ ਕਿਤੇ ਬੈਠੇ ਕਤਾਰ ਤਿਆਰੇ ਉਹ ਪੁੱਤਰ ਗਰੀਬ ਦੇ ਸਮਾਨ ਦੀ ਜਾ ਬੈਠਾ ਨਾਲ ਜੁਆ ਦੇ ਠਾਰੇ ਆ
ਆਦਾ ਕਿਆ ਬੈਠੇ ਆਦਾ ਬੈਠੇ ਉੱਠੀ ਦੇ ਖਸਗਾਰ ਮੇਰੇ ਹੱਥ ਸੜਦੇ ਨੇ ਮਿਸਲੀਏ ਰੇ ਤੀ ਅੰਗਾਰੇ ਆਦ ਕਿਵੇਂ ਖਾਕ ਪਾਵਾਂ ਮੂੰਹ ਤੇਰੇ ਤੇ ਤੇਰੇ ਨਾਲ ਕਹਿਣ ਰੁਖਸਾਰ ਜੀ ਜੀ ਬਿਸਮਿਲਾ ਕਰਾ ਚਾਚੇ ਸਹੀ ਮੇਰੇ ਇਮਾਮ ਕਿਹੜਾ ਕੰਮ ਕੀਤਾ ਸ਼ਬੀਰ ਆਪਣੀ ਤਲਵਾਰ ਦੇ ਨਾਲ ਪੁੱਤਰ ਦੀ ਕਬਰ ਬਣਾਉਣੀ ਸ਼ੁਰੂ ਕੀਤੀ ਹੈ ਤਲਵਾਰ ਚੋਲਾ ਲਈਏ ਮੌਲਾ ਤੇਰੇ ਦੁਸ਼ਮਣਾਂ ਕੋ ਮਾਰਨ ਆਮੀ ਤੇਰੇ ਪੁੱਤਰਾਂ ਦੀਆਂ ਕਬਰਾਂ ਬਣਾਵਣ ਤੈ ਮਈ ਸ਼ਬੀਰ ਦੀ ਆਵਾਜ਼ ਪਈਆਂ ਦੇ ਗਿੱਲੇ ਨਰੇ ਮੈਂ ਹੁਸੈਨ ਬਹੁ ਵੱਡਾ ਗਰੀਬਾ ਚਾਚਾ ਸਹੀ ਕਿਹੜੀ ਹਾਲਤ ਹੈ ਸ਼ਬੀਰ ਨੇ ਪੁੱਤਰ ਕੋ ਕਬਰ ਬਣਾ ਕੇ ਪੁੱਤਰ ਕੋ ਲਿਟਾਇਆ ਭਾਈ ਜਾਨ ਮੇਰੇ ਮੌਲਾ ਹੁਸੈਨ ਦੁਆਇਆ ਜੁਮਲਾ ਖਤਮ ਪਿਆ ਕਰੇਦਾ ਸ਼ਬੀਰ ਅਸਗਰ ਦੇ ਪੈਰਾਂ ਤੇ ਮਿੱਟੀ ਪਈ ਹੈ ਸ਼ਬੀਰ ਦੇ ਦੈਰੀ ਹੈ ਤੇ ਰੋਂ ਦੈਰੀ ਹੈ ਅਸਗਰ ਦੇ ਪਿੰਡਲੀਆਂ ਅਸਗਰ ਦੇ ਜਾਨੋਂ ਤੇ ਸ਼ਬੀਰ ਮਿੱਟੀ ਪਈ ਹੈ ਦੇਦਾਰੀ ਹੈ ਅਸਗਰ ਦੇ ਭਾਈ ਜਾਨ ਸ਼ਿਕਮ ਦੇ ਹੁਸੈਨ ਮਿੱਟੀ ਪਈ ਹੈ ਦੇਦਾਰੀ ਹੈ ਚਾਚਾ ਸਹੀ ਹੁਣ ਕੱਲਾ ਅਸਗਰ ਦਾ ਚਾਰਾ ਬਚ ਗਈ ਹੈ ਸ਼ਬੀਰ ਦੀ ਆਵਾਜ਼ਾਂ ਦੇ ਅਸਗਰਾ ਬਾਬਾ ਮਰ ਗਿਆ ਹੋਇਆ ਯੋ ਵੇਲਾ ਨਾ ਹੋਇਆ ਆਦੇ ਚਾਰਾ ਨਰਾ ਮੇਰੇ ਦਰਗਰ ਮੇ ਪਾਸੇ ਤੇ ਆਤਾ ਹੈ ਹੁਸੈਨ ਪੁੱਤਰੀ ਵੇ ਪਿਆਰੇ ਹੁੰਦੇ ਜਿਵੇਂ ਤੇ ਪੁੱਤੇ ਦਾ ਛੀਆ ਮਹੀਨਾ ਦਾ ਅਸਗਰ ਪਿਆਰਾ ਹੈ ਹੱਕਰ ਮਾਰ ਕੇ ਆਦੀ ਹੱਟ ਵਜ ਮੈਂ ਆਪ ਦਫਨੇ ਦੀਆਂ ਸ਼ਬੀਰ ਦੀ ਆਵਾਜ਼ਾਂ ਦੇ ਔਖੇ ਵੇਲੇ ਮੈਂ ਦੇ ਮਿੰਨਾ ਤਲਾਵਾਂ ਵਾਲੀ ਖਾਉਣੇ ਦੁੱਖੇ ਪਾਸੇ ਵਾਲੀ ਬਤੂਲ ਦਵੈਣ ਆਵਾਜ਼ਾਂ ਦੀ ਵੀ ਆਖਾਉਣ ਹੋਏ ਮੈਂ ਤੇਰੀ ਜ਼ਖਮੀ ਪਾਸੇ ਵਾਲੀ ਮਾਂ ਹੋ ਮੈਂ ਬਕੀਆ ਛੋੜੀਆਂ ਮਾਸ਼ਾਅੱਲਾ